ਸਾਡੇ ਵਾਲਿਦ ਸਾਹਿਬ ਹੋਰਾਂ ਨੇ ਇਬਤਦਾ ਰੱਖੀ ਨਾ ਕਬੀਰ ਵਾਲਾ ਮਸਜਿਦ ਮਦਰਸੇ ਦੀ ਬੁਨਿਆਦ ਰੱਖੀ ਉੱਥੇ, ਚੂੰਕਿ ਬਹੁਤ ਬੜਾ ਇੱਕ ਮਦਰਸਾ ਹੈ, ਇਦਾਰਾ ਹੈ, ਜਿਹੜੇ ਮੁਰਦਿਆਂ ਦੇ ਸੁਣਨ ਦੇ ਕਾਇਲ ਲੋਕ ਹੈ, ਬੜਾ ਕਦੀਮੀ ਇਦਾਰਾ ਉਹਨਾਂ ਦਾ, ਬੜੇ ਬੜੇ ਮੌਲਵੀ, ਬੜੇ ਬੜੇ ਮੁਫਤੀ, ਵਾਲਿਦ ਸਾਹਿਬ ਹੋਰੀ ਅਕੇਲੇ ਉਹਨਾਂ ਜਿਹੜਾ ਉੱਥੇ ਇੱਕ ਬੁਨਿਆਦ ਰੱਖੀ ਮਰਕਜ਼ ਦੀ, ਤਾਂ ਮਤਲਬ ਉਹ ਤਾਂ ਉਖੜ ਗਏ, ਮੱਛਰ ਗਏ ਮੌਲਵੀ ਵੀ, ਯਾਨੀ ਇਹ ਮੈਂ ਆਪਣੀ ਅੱਖਾਂ ਨਾਲ ਦੇਖਿਆ ਹੈ ਕਿ ਸਾਡੇ ਉਸ ਮਰਕਜ਼ ਮਦਰਸੇ ਦੇ ਅੱਗੋਂ ਹੀ ਰੋਡ ਗੁਜ਼ਰਦਾ ਪਿਆ, ਉਸ ਰੋਡ ਤੋਂ ਬੱਸਾਂ ਜਦੋਂ ਗੁਜ਼ਰੇ ਨਹਾ ਤਾਂ ਉਹ ਆਪਣੇ ਇਦਾਰੇ ਦੇ ਤੁਲਬਾ ਨੂੰ ਬੱਸਾਂ ਦੀ ਛੱਤ 'ਤੇ ਬਹਾ ਕੇ ਉਹਨਾਂ ਨੂੰ ਪੱਥਰ ਦਿੰਦੇ ਹਨ, ਬਈ ਤੁਸੀਂ ਹੇਕ ਤਾਂ ਇਸ ਚਿਤਰੋੜੀ ਨੂੰ ਗਾਲਾਂ ਵੀ ਕੱਢਣੀਆਂ, ਅਤੇ ਜੇ ਕੋਈ ਮਦਰਸੇ ਮਸਜਿਦ ਵਧਾ ਹੋਵੇ ਤਾਂ ਉਹਨਾਂ ਨੂੰ ਪੱਥਰ ਵੀ ਮਾਰੇ। ਮਗਰ ਅਲਹਮਦੁਲਿਲਾ ਸਿਲਸਿਲਾ ਚੱਲਦਿਆਂ 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 ਇੱਕ ਦਿਨ ਅੱਬਾ ਜੀ ਰਹਿਮਤੁੱਲਾ ਅਲੈ ਨੇ ਮੁਬਾਹਲੇ ਦਾ ਚੈਲੰਜ ਫਰਮਾ ਦਿੱਤਾ ਉਹ ਉਹਨਾਂ ਮੌਲਵੀਆਂ ਨੂੰ, ਬਈ ਤੁਸੀਂ ਆਦਿਓ ਸੋਹਣਾ ਮੁਹੰਮਦ ਪਾਕ ਜ਼ਿੰਦਾ ਕਬਰ ਮੁਬਾਰਕ ਵਿੱਚ, ਅਤੇ ਮੇਰਾ ਇਹ ਮੌਕਫ ਹੈ ਕਿ ਸੋਹਣਾ ਮੁਹੰਮਦ ਪਾਕ ਇੱਥੇ ਜ਼ਿੰਦਾ ਨਹੀਂ, ਉਹ ਜੰਨਤੁਲ ਫਿਰਦੌਸ ਵਿੱਚ ਜ਼ਿੰਦਾ ਹੈ। ਤੁਸੀਂ ਮੇਰੇ ਨਾਲ ਅਗਰ ਮੁਨਾਜ਼ਰਾ ਨਹੀਂ ਕਰਦੇ ਤਾਂ ਮੇਰੇ ਮੁਬਾਹਲੇ ਦਾ ਚੈਲੰਜ, ਤੁਸੀਂ ਵੀ ਮੈਦਾਨ ਵਿੱਚ ਆ ਜਾਓ, ਮੈਂ ਵੀ ਆਪਣੇ ਧੀਆਂ ਪੁੱਤਰ ਲੈ ਕੇ ਮੈਦਾਨ ਵਿੱਚ ਆ ਵੇਨੇ, ਦੁਆ ਕਰੇ ਸਾਂ ਅੱਲਾ ਸਾਡੇ ਵਿੱਚੋਂ ਜਿਹੜਾ ਝੂਠਾ ਹੈ ਉਹਦੇ ਉੱਤੇ ਤੇਰਾ ਅਜ਼ਾਬ ਅਤੇ ਕਾਹਰ ਅਤੇ ਤੇਰੀ ਲਾਨਤ ਨਾਜ਼ਿਲ ਹੋਵੇ। ਅਕੇਲੇ ਵਾਲੇ ਸਾਹਿਬ ਹੋਰ ਉਹਨਾਂ ਦੇ ਨਾਲ ਕੋਈ ਨਾ। ਖੈਰ ਜਿਸ ਵਕਤ ਉਹਨਾਂ ਨੇ ਇਹ ਮੁਬਾਹਲੇ ਦਾ ਚੈਲੰਜ ਕੀਤਾ ਉਹ ਹਟ ਗਏ, ਉਸ ਵਕਤ ਸਦਰ ਜ਼ਿਆਉਲ ਹੱਕ ਮਰਹੂਮ ਜ਼ਿੰਦਾ ਹੈ। ਤੋ ਖੈਰ ਬਹਰਹਾਲ ਜਦੋਂ ਇਹ ਚੈਲੰਜ ਮੁਬਾਹਲਾ ਫਰਮਾਇਆ ਉਹਨਾਂ, ਇਹ ਫਿਰ ਆਖਿਰ ਸਿਕਿਉਰਟੀ ਕੋਈ ਏਜੰਸੀਆਂ ਦੀ ਰਿਪੋਰਟਾਂ ਚੱਲਦੀਆਂ ਚੱਲਦੀਆਂ ਤੁਰ ਗਈਆਂ ਉਹਦੇ ਕੋਲੋਂ ਵੀ, ਬਈ ਕਬੀਰ ਵਾਲੇ 'ਚ ਇੱਕ ਬਲੋਚ ਹੈ ਅਤੇ ਉੱਕਾ ਮੌਲਵੀਆਂ ਨੂੰ ਨੱਥ ਪਾਈ ਖਲਾ, ਹੁਣ ਉਹ ਮੁਬਾਹਲੇ 'ਤੇ ਆਪਣਿਆ ਖਲਾ। ਤੋ ਖੈਰ ਬਹਰਹਾਲ ਇੱਕ ਲੰਬਾ ਚੌੜਾ ਵਾਕਿਆ, ਉਹਨਾਂ ਉੱਥੋਂ ਤਹਰੀਰ ਲਿਖ ਕੇ ਗਲੀਓ, ਤਹਰੀਰ ਅਜੇ ਵੀ ਪਈ ਹੈ ਸਾਡੇ ਕੁਤਬਖਾਨੇ ਦੇ ਅੰਦਰ। ਉਹਨਾਂ ਤਹਰੀਰ ਲਿਖ ਕੇ ਗਲੀ, ਬੇ ਅਹਿਮਦ ਸਈਦ ਤੂੰ ਸੋਹਣੇ ਮੁਹੰਮਦ ਪਾਕ ਦੇ ਸਿਮਾ ਦਰੂਦ ਸਲਾਮ ਨੂੰ ਮੰਨ ਲੈ, ਇਸੇ ਕਬਰ ਵਿੱਚ ਤੂੰ ਸਿਰਫ ਨਬੀ ਦਾ ਇੰਦਲ ਕਬਰ ਸਲਾਤੋ ਸਲਾਮ ਦੇ ਸਿਮਾ ਨੂੰ ਮੰਨ ਲੈ, ਅਤੇ ਅਸਾਂ ਬਾਕੀ ਸਾਰਿਆਂ ਮੁਰਦਿਆਂ ਦੇ ਆਦਮੇ ਸਿਮਾ ਨੂੰ ਮੰਨ ਲਈਏ। ਸਮਝ ਆਏ ਨੇ? ਯਾਨੀ ਅਸਾਂ ਇਹ ਮੰਨ ਲੈਂਦੇ ਹਾਂ ਕਿ ਕੋਈ ਮੁਰਦਾ ਸੁਣਦਾ ਛੁੜਦਾ ਕੋਈ, ਤੂੰ ਇੱਕ ਇਹ ਮੰਨ ਲੈ ਕਿ ਨਬੀ ਪਾਕ ਆਪਣੀ ਕਬਰ ਮੁਬਾਰਕ ਵਿੱਚ ਦਰੂਦ ਓ ਸਲਾਮ। ਵਾਲਿਦ ਸਾਹਿਬ ਰਹੀ ਤੂੰ ਜਵਾਬ ਗਲਿਆ ਤਾਰੀਰੀ ਤੌਰ 'ਤੇ, ਉਹਨਾਂ ਫਰਮਾਇਆ ਤੁਸੀਂ ਇੱਕ ਨਬੀ ਦੇ ਸਿਮਾ ਦਾ ਇਨਕਾਰ 'ਚ ਕਰੋ, ਬਾਕੀਆਂ ਦਾ ਮੈਂ ਵੀ ਮੰਨ ਲੈਂਦਾ। ਕਿਉਂਕਿ ਅਸਲ ਜਿਹੜਾ ਤੁਹਾਡਾ ਮਜ਼ਹਬ ਅਤੇ ਅਕੀਦਾ ਉਹ ਇਹ ਹੈ ਪਤਾ ਹੈ ਵਜ੍ਹਾ ਕਿਆ ਹੈ? ਜਿਸ ਵਕਤ ਇੰਤਜ਼ਾਮੀਆ ਇਨਵਾਲ ਹੋਈ, ਇਹ ਜਿਹੜੇ ਇੰਤਜ਼ਾਮੀਆ ਦੇ ਲੋਕ ਹੁੰਦੇ ਨਾ, ਇਹ ਕੋਈ ਲੱਲੂ ਪੰਜੂ ਨਹੀਂ ਹੁੰਦੇ, ਮਾਸ਼ਾਅੱਲਾ ਇਹ ਵੀ ਪੜ੍ਹੇ ਲਿਖੇ ਲੋਕ ਹੁੰਦੇ, ਦੀਨ ਦੀ ਸੂਝ ਬੂਝ ਰੱਖਣ ਵਾਲੇ ਲੋਕ। ਉਹਨਾਂ ਨੇ ਵਾਂਝ ਕੇ ਉਹਨਾਂ ਮੌਲਵੀਆਂ ਨੂੰ ਵਲੇਟਿਆ, ਉਹਨਾਂ ਆਖਿਆ ਯਾਰ ਉਹ ਇਕੱਲਾ ਹੈ ਅਤੇ ਤੁਸੀਂ ਇਹਦੇ ਪੂਰਾ ਗੱਲਾ ਪਏ ਹੋ, ਉਹ ਮੁਬਾਲਾ ਕਰਦਾ ਤੁਹਾਡੇ ਨਾਲ ਅਤੇ ਉਹ ਬਾਰ ਬਾਰ ਕੁਰਾਨ ਦੀ ਗੱਲ ਕਰਦਾ, ਇਕੱਲਾ ਹੋ ਕੇ ਉਹ ਮੈਦਾਨ 'ਚ ਆਵਣ ਨੂੰ ਤਿਆਰ ਹੈ। ਤੁਸੀਂ ਜੋ 70 ਮੌਲਵੀ ਪਏ ਹੋ, ਕਿਉਂ ਨਹੀਂ ਵਹਿੰਦੇ ਉਹਦੇ ਮੁਕਾਬਲੇ?
अल्लाह का कुरान पे है। उन्हें सारे मौलवी आख्या गल ए ठीक करे दा है, गल ए सच्ची करे दा है, मगर ये कल नू आके साढ़े 70 साल जड़ी अकीदत मोहब्बत हाथ चुमड़े हन सारे लाना चफेरी असा 70 साल दी साड़ी गद्दी पई आई, एक कल आया ते सारी गद्दी ते मैड़ा फेर दिता। मैं खुद अपनी अखा नाल देखिया है, वाले साहब री जुमा पढ़ा रहा है, नमाज जदो जुमे की खड़ी हुई है तो जिहड़ियां बारियां खिड़कियां रखी हुई हैं हवा वास्ते दौरान नमाज उन्होंने अपने बंदे भेज के ते एडे एडे पत्थर मारा के ते नमाजियों को जख्मी करवा दिता। बड़ी बड़ी कोशिश हुई है मगर ओ मुजाहिद इस रब दे कुरान ते डटे आ रहा है। इंजे नहीं मुसलमाना दे दिलां दे अंदर उस मर्द मुजाहिद दी मोहब्बत ते इज्जत रब भर चोड़ी, उस खुदा दी इज्जत और खुदा दे कुरान दी इज्जत दी खातर कुर्बानियां दीती है। ओ समझ रहे हो? हाँ, ओदे नां दे रूहानी पुत्र बने रह वंजो, इस निस्बत नाल कख नहीं मिलदा। तू भावे कौम दा झूड़ा भी होवे, कौम नाल गर्ज नहीं है, जब तक रब दे कुरान नाल मोहब्बत ते इज्जत ते अजमत ना दिल ले जा रहा है। ओ समझेंदे पए हो? माशाल्लाह, इन्हें हर नथो खैरा उठी के आता जुमाई आमा सही दी औलाद तनु हया नहीं आता, मेरे प्यो नु 12 साल हो गए मोया ते तुस हुण आज दी नस्ल उठी के आदे साडा प्यो आमा सही दा ही। मिशन चलो बेशक चलो जो भी चलता है, एक मेरे प्यो दा कोई जाती मिशन नहीं, ए मिशन तो मेरे मोहम्मद तो चलदा आ रहा है। मिशन ते मनसब ते रब ने सोड़े मोहम्मद रसूलुल्लाह नु ही ओ दिता है। तो खैर बहरहाल मकसद क्या है, असल उन्ना मौलवियों नु तकलीफ ए आई कि ए एक जना हो के ते साड़ी सारी दी सारी लोगों दे विच जड़ी ओ अकाबिर परस्ती आई इसने आके मिटा दिती। तो अकाबरा नु अपनी अकीदत दा एहसास होंदा है, पैगंबर दी शरीयत दा एहसास नहीं होता।